वाहे गुरु जी वाहे चतर चक्रवर्ती चतर चक्र पुगते स्वयं पव शुभम सर्वदा सर्व जुगते दुकालं प्रणासी दयालं सर्वे सदा विभूते सदा अंग संगे अपंगं विभूते तो सुननाथ अनाथ नमोस तो सुननाथ अनाथ नमोस तो सुनना Oh,
ਗੁਰਮੁਖ ਪੈ ਵਿੱਚ ਜਮਣਾ ਪੈ ਵਿੱਚ ਰਹਿਣਾ ਪੈ ਵਿੱਚ ਚੱਲਣਾ ਗੁਰਮੁਖ ਪੈ ਵਿੱਚ ਜਮਣਾ ਪੈ ਵਿੱਚ ਰਹਿਣਾ ਪੈ ਵਿੱਚ ਚੱਲਣਾ ਗੁਰਮੁਖ ਪੈ ਵਿੱਚ ਜਮਣਾ ਪੈ ਵਿੱਚ ਰਹਿਣਾ ਪੈ ਵਿੱਚ ਚੱਲਣਾ ਗੁਰਮੁਖ ਪੈ ਵਿੱਚ ਜਮਣਾ ਪੈ ਵਿੱਚ ਪੈ ਵਿੱਚ ਚੱਲਣਾ ਸਾਧ ਸੰਗਤ ਪੈ ਪਾਏ ਵਿੱਚ ਭਗਤ ਬਚਨ ਹਰ ਅਚਲ ਚੱਲਣਾ ਸਾਧ ਸੰਗਤ ਪੈ ਪਾਏ ਵਿੱਚ ਭਗਤ ਬਚਨ ਹਰ ਅਚਲ ਚੱਲਣਾ ਜਲ ਵਿੱਚ ਕਮਲ ਅਲਿਪਤ ਹੋਏ ਆਸਨ ਰਾਸ ਵਲੇਵੇਂ ਵਲਣਾ ਆਸਨ ਰਾਸ ਵਲੇਵੇਂ ਵਲਣਾ ਆਸਨ ਰਾਸ ਵਲੇਵੇਂ ਵਲਣਾ ਗੁਰਮੁਖ ਪੈ ਵਿੱਚ ਰਣ ਕਣ ਹੀਰੇ ਜੁਗਤ ਗੁਰਮਤਿ ਨਹਿ ਚਲ ਅਛਲ ਨ ਛਲਣਾ ਅਹਿਰਣ ਕਣ ਹੀਰੇ ਜੁਗਤ ਗੁਰਮਤਿ ਨਹਿ ਚਲ ਅਟਲ ਨ ਟਲਣਾ ਪਰ ਉਪਕਾਰ ਵਿਚਾਰ ਚਾਰ ਵਰਨ ਤਬੋਲ ਰਸ
Ooh.
सब जगत करे नमस्कार ओ नानो सब जगत करे
ਜਗਤ ਕਰੇ ਨਮਸਕਾਰ।
जगत करे नमस्कार सुनना प्यारे एक बेनती मेरी एक बेनती मेरी सुन यार हमारे सजन एक करो एक करो बेनतिया एक करो करूं बेनंतिया तिस मोहन लाल प्यारे तू निज कर बसे अड़ा 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 तू निज कर बसे अड़ा
ਤੁਨਿਜ ਕਰ ਵਸੇਣਾ ਤੁਨਿਜ ਕਰ ਵਸੇਣਾ ਤੁਨਿਜ ਕਰ ਰੋਲ ਬਸ ਮੈਂ ਤੇਰੀ ਇੱਕ ਬੇਨੰਦੀ ਮੇਰੀ ਇੱਕ ਬੇਨੰਦੀ ਮੇਰੀ ਸੁਣਨਾ ਪਿਆਰੇ ਇੱਕ ਬੇਨੰਦੀ ਮੇਰੀ ਇੱਕ ਬੇਨੰਦੀ ਮੇਰੀ ਸੁਣਨਾ ਅੰਮ੍ਰਿਤ ਨਾਮ ਰਸਨ ਰਸ ਰਸਨਾ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੇ ਗੁਰ ਸਬਦੀ ਰਸ ਪੀਜੇ ਤੂੰ ਨਿਜ ਕਰ ਵਸੇਣਾ ਸੰਗ ਨ ਸਾਥੀ ਵਿਣ ਨਾ ਵੇਖੋ ਸੰਗ ਨ ਸਾਥੀ ਆਵੇ ਜਾਏ ਘਨੇਰੀ ਤੂੰ ਨਿਜ ਕਰ ਨਾਨਕ ਲਾਹ ਲਾਹ ਲੈ ਘਰ ਜਾਏ ਨਾਨਕ ਲਾਹ ਸਾਚੀ ਸੱਚ ਮਤ ਤੇਰੀ ਸਾਚੀ ਸੱਚ ਤੂੰ ਨਿਜ ਕਰ ਵਸੇਣਾ
एक बेनती मेरी सुनो हर दया प्रभु धारो हो
ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬੇਅੰਤ ਬੇਅੰਤ ਵਾਰਾਂ ਸ਼ੁਕਰ ਹੈ
ਸਤਿਗੁਰੂ ਜੀ ਨੇ ਸਾਡੇ ਤੁਹਾਡੇ ਤੇ ਬੜੀ ਰਹਿਮਤ ਕੀਤੀ ਹੈ। ਬਹੁਤ ਹੀ ਜ਼ਿਆਦਾ ਪਰਉਪਕਾਰ ਹੈ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਾਰੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਿਤਨੇ ਪਰਉਪਕਾਰ, ਜਿਤਨੀ ਬਖਸ਼ਿਸ਼, ਜਿਤਨੀ ਰਹਿਮਤ, ਜਿਤਨੀ ਦਇਆ, ਜਿੰਨਾ ਤਰਸ ਦਸਵੇਂ ਪਾਤਸ਼ਾਹ ਨੇ ਸੰਸਾਰ 'ਤੇ ਕੀਤਾ ਹੈ, ਨਾ ਤਾਂ ਪਹਿਲਾਂ ਕਦੀ ਹੋਇਆ ਅਤੇ ਨਾ ਹੀ ਕਿਸੇ ਕੋਲ ਹੋ ਸਕਣਾ। ਇਸ ਕਰਕੇ ਸਦਾ ਹੀ ਆਪਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਸਦਾ ਹੀ ਨਮਸਕਾਰ ਕਰਿਆ ਕਰੀਏ, ਸਦਾ ਹੀ ਉਹਦਾ ਸ਼ੁਕਰ ਹੀ ਕਰਿਆ ਕਰੀਏ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਆਪਾਂ ਦੇਣ ਨਹੀਂ ਦੇ ਸਕਦੇ, ਮੁੱਲ ਵੀ ਨਹੀਂ ਤਾਰ ਸਕਦੇ। ਸੋ ਆਪਾਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ ਓਟ ਆਸਰਾ ਗੁਰੂ ਜੀ ਦਾ ਤੱਕ ਕੇ, ਆਪਣੇ ਚਰਨਾਂ ਵਿੱਚ ਗੁਰੂ ਕੀ ਬਾਣੀ ਵਸਾ ਕਰ, ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਦਾ ਸਾਡਾ ਮਨ ਲੱਗ ਜਾਵੇ, ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸੇ, ਗੁਰੂ ਕਾ ਨਾਮ ਸਾਡੇ ਹਿਰਦੇ ਵਿੱਚ ਵਸੇ। ਆਪ ਸੰਗਤਾਂ ਨੇ ਸੀਸਾਂ ਬਖਸ਼ਣੀਆਂ, ਸਾਰੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਬੜਾ ਸੁਚੱਜਾ ਪ੍ਰਬੰਧ ਕੀਤਾ। ਵਿਸ਼ੇਸ਼ ਧੰਨਵਾਦ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਜਿਹੜੇ ਹਰ ਸਮੇਂ ਬੜੇ ਪਿਆਰ ਦੇ ਨਾਲ ਸਮਾਂ ਵੀ ਦਿੰਦੇ ਨੇ, ਨਿਵਾਜਦੇ ਨੇ, ਪਿਆਰ ਕਰਦੇ ਨੇ, ਉਹਨਾਂ ਦਾ ਧੰਨਵਾਦ। ਸਾਰੇ ਵੀਰਾਂ ਦਾ ਧੰਨਵਾਦ। ਅਸੀਸਾਂ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।